ਅਸਲਾਮ ਅਲੈਕੁਮ ਬੇਲੀ ਹੋ, ਕੀ ਹਾਲ ਹੈ ਤੁਹਾਡਾ? ਸਾਰੇ ਬਾਈ ਠੀਕ ਰਹਿੰਦੇ ਨੇ, ਉਮੀਦ ਕਰਦਾ ਸਾਰੇ ਬਾਈ ਠੀਕ ਹੋ। ਸੋ ਅਤੇ ਅੱਜ ਮਾਸਾਲਾ ਅਸੀਂ ਆਪਣੇ ਫਾਰਮ 'ਤੇ ਆਏ ਬੈਠੇ ਹਾਂ। ਤੁਸੀਂ ਵੇਖਦੇ ਪਏ ਨੇ ਮੱਕੀ ਦੀ ਫਸਲ ਕਿੱਡੀ ਤਿਆਰੀ ਕੋਤੀ ਹੈ, ਗੰਦਮ ਦੀ ਫਸਲ ਹੈ। ਅਫਸੋਸ ਨਾਲ ਮੈਂ ਕਹਿੰਦਾ ਵੀ ਹਾਂ ਵੀ ਜਿਹੜਾ ਕਸੂਰ 'ਚ ਵਾਕਿਆ ਹੋਇਆ ਨਾ ਸਾਲਾ ਬਾਰੀ ਜਿਹਨੂੰ ਆਪਾਂ ਗੜਿਆ ਨੇ, ਬਾਰਿਸ਼ ਤੂਫਾਨੀ ਹੈਗੀ ਸੀ ਅਤੇ ਨਾਲ ਗੜੇ ਦੇ ਸਨ, ਅਤੇ ਜਿਨ੍ਹਾਂ ਨਾਲ ਬਾਈਆਂ ਦੀ ਫਸਲ ਸਾਰੀ ਤਬਾਹ ਹੋ ਗਈ ਹੈ। ਗੰਦਮ ਦੀ ਫਸਲ ਜਿਹੜੀ ਜਿਹਨਾਂ ਬਿਲਕੁਲ ਤਿਆਰ ਹੈਗੀ ਸੀ ਉਹ ਬਿਲਕੁਲ ਖਤਮ ਹੋ ਗਈ ਹੈ, ਉਹਦੇ ਦਾਣੇ ਹੀ ਬਾਹਰ ਆ ਗਏ ਸਿੱਟਿਆਂ 'ਚੋਂ। ਅਤੇ ਜਿਹੜੀ ਮੱਕੀ ਦੀ ਫਸਲ ਹੈਗੀ ਸੀ ਉਹ ਵੀ ਮਾਸ਼ਾਅੱਲਾ ਚੰਗੀ ਜੋਬਨ 'ਚ ਹੈਗੀ ਸੀ, ਬਿਲਕੁਲ ਲਵੇ ਤੋਂ ਮੱਕੀ ਸਾਰੀ ਉੱਥੋਂ ਗੜੇ ਸਾਰੇ ਕਤਲ ਗਏ, ਸਾਰੇ ਤਬਾਹ ਹੋ ਗਏ। ਅਤੇ ਕਸੂਰ ਮਾਸ਼ਾਅੱਲਾ ਜ਼ਰਾਤ ਦੇ ਹਵਾਲੇ ਨਾਲ ਬੜੀ ਫਸਲ ਹੁੰਦੀ, ਆਲੂ ਬੜਾ ਹੁੰਦਾ ਹੈ, ਹਰ ਫਸਲ ਬੜੀ ਹੁੰਦੀ, ਮੱਕੀ ਬੜੀ ਪਿਆਰੀ ਹੁੰਦੀ। ਮੱਕੀ ਤਾਂ ਬੜੀ ਜ਼ਿਆਦਾ ਕਸ਼ਟ ਹੁੰਦੀ ਹੈ ਅਤੇ ਜਿਹੜੀ ਬਿਲਕੁਲ ਖਤਮ ਹੋ ਗਈ ਹੈ। ਤੁਰਕੀ ਤੁਸੀਂ ਵੇਖ ਲਓ ਵੀ ਕਿੰਨਾ ਵੱਡਾ ਜ਼ਲਜ਼ਲਾ ਆਇਆ, ਅੜੀ ਅੜੀ ਬੜੀਆਂ ਬੜੀਆਂ ਇਮਾਰਤਾਂ ਬਿਲਕੁਲ ਤਬਾਹ ਹੋ ਗਿਆ, ਸੜਕਾਂ ਫਟ ਗਈਆਂ। ਉੱਥੇ ਵੀ ਬਸ ਲੋਕ ਇਸਲਾਮ ਦਾ ਇੱਕ ਨਾ ਸਿਰਫ ਨਾਂ ਲੈਤੇ ਫਿਰਦੇ ਸੀ, ਹਾਲਾਂਕਿ ਟੋਟਲ ਉਹਨਾਂ ਨੇ ਜਿਹੜਾ ਮਗਰਬੀ ਜਨਾਬੀ ਉਹਨਾਂ ਦਾ ਸਾਰਾ ਸਿਸਟਮ ਉਹਨਾਂ ਅਪਣਾ ਲਿਆ ਸੀ, ਅਤੇ ਜਿਹਨਾਂ 'ਚ ਅੱਲਾਹ ਤਾਲਾ ਦਾ ਉਹਨਾਂ 'ਤੇ ਅਜ਼ਾਬ ਨਾ ਚਲਵਾਇਆ। ਲੇਕਿਨ ਆਪਣੇ ਮੁਸਲਮਾਨ ਭਾਈਆਂ ਇਸ ਤਰੀਕੇ ਨਹੀਂ ਕਹਿਣਾ ਚਾਹੀਦਾ, ਪਰ ਹੁਣ ਵੀ ਆਪਾਂ ਮੁਸਲਮਾਨ ਆਪਾਂ ਆਪਣੇ ਇਸਲਾਮ ਦੇ ਦਾਇਰੇ 'ਚ ਰਹਿ ਕੇ ਜ਼ਿੰਦਗੀ ਬਸਰ ਕਰਨੀ ਚਾਹੀਦੀ ਹੈ।